ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਇਸ ਯੂਟਿਊਬ ਚੈਨਲ 'ਤੇ। ਜਿਸ ਤਰ੍ਹਾਂ ਆਪਾਂ ਸਭ ਜਾਣਦੇ ਹਾਂ ਜੀ, ਇਸ ਵਾਰ ਪੰਜਾਬ ਸਰਕਾਰ ਜਿਹੜਾ ETT ਦਾ ਸੈਕਿੰਡ ਪੇਪਰ ਵੀ ਲੈਣ ਜਾ ਰਹੀ ਹੈ, ਤਾਂ ਉਸ ਦੇ ਵਿੱਚ ਜਿਹੜਾ ਸੋਸ਼ਲ ਸਾਇੰਸ ਸਬਜੈਕਟ ਹੈ ਜੀ, ਆਪਾਂ ਉਸ ਦੀ ਤਿਆਰੀ ਕਰ ਰਹੇ ਸੀ। ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ ਜੀ, ਜਿਹੜਾ ਸੋਸ਼ਲ ਸਾਇੰਸ ਦੇ ਵਿੱਚ ਇਤਿਹਾਸ ਪੋਰਸ਼ਨ ਹੈ ਜੀ, ਹਿਸਟਰੀ, ਉਸ ਦਾ ਫਸਟ ਚੈਪਟਰ ਕਰਨ ਜਾ ਰਹੇ ਹਾਂ, ਜਿਸ ਦਾ ਨਾਮ ਹੈ ਜੀ ਪੰਜਾਬ ਦੀਆਂ ਭੂਗੋਲਿਕ ਵਿਸ਼ੇਸ਼ਤਾਵਾਂ ਅਤੇ ਉਹਨਾਂ ਦੀ ਇਸ ਦੇ ਇਤਿਹਾਸ 'ਤੇ ਪ੍ਰਭਾਵ। ਠੀਕ ਹੈ ਜੀ, ਆਓ ਦੋਸਤੋ ਸਟਾਰਟ ਕਰਦੇ ਹਾਂ ਚੈਪਟਰ। ਅਤੇ ਇਸ ਤੋਂ ਪਹਿਲਾਂ ਜਿਹੜੇ ਮੇਰੇ ਦੋਸਤ ਪਹਿਲੀ ਵਾਰ ਇਸ ਚੈਨਲ 'ਤੇ ਵਿਜ਼ਿਟ ਕਰ ਰਹੇ ਨੇ, ਉਹ ਪਲੀਜ਼ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਦੇਣ ਅਤੇ ਬੈੱਲ ਆਈਕਨ 'ਤੇ ਪ੍ਰੈਸ ਕਰ ਦੇਣ, ਤਾਂ ਜੋ ਨੈਕਸਟ ਅਪਕਮਿੰਗ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟੂ ਟਾਈਮ ਮਿਲਦੇ ਰਹਿਣ। ਅਤੇ ਜੇਕਰ ਇਹ ਵੀਡੀਓ ਤੁਹਾਨੂੰ ਅੱਛੀ ਲੱਗੇ, ਪਸੰਦ ਆਏ, ਤਾਂ ਪਲੀਜ਼ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ। ਠੀਕ ਹੈ ਜੀ, ਤਾਂ ਆਓ ਦੋਸਤੋ ਸਟਾਰਟ ਕਰਦੇ ਹਾਂ। ਜਿਵੇਂ ਕਿ ਫਸਟ ਕੁਐਸਚਨ ਹੈ ਆਪਣਾ, ਜਿਹੜਾ ਪੰਜਾਬ ਸ਼ਬਦ ਕਿਸ ਭਾਸ਼ਾ ਦੇ ਸ਼ਬਦ ਜੋੜ ਨਾਲ ਬਣਿਆ ਹੈ। ਠੀਕ ਹੈ ਜੀ, ਜਿਹੜਾ ਪੰਜਾਬ ਸ਼ਬਦ ਹੈ ਜੀ, ਇਹ ਬਣਿਆ ਜੀ ਫਾਰਸੀ ਭਾਸ਼ਾ ਤੋਂ। ਠੀਕ ਹੈ ਜੀ, ਫਾਰਸੀ ਭਾਸ਼ਾ ਦੇ ਸ਼ਬਦ ਸੀਗਾ ਪੰਜ ਪਲੱਸ ਆਬ। ਪੰਜ ਦਾ ਮਤਲਬ ਹੁੰਦਾ ਜੀ ਪੰਜ, ਅਤੇ ਆਬ ਦਾ ਮਤਲਬ ਹੁੰਦਾ ਜੀ ਪਾਣੀ। ਠੀਕ ਹੈ ਜੀ, ਯਾਨੀ ਕਿ ਪੰਜ ਪਾਣੀਆਂ ਦੀ ਧਰਤੀ ਜਾਂ ਪੰਜ ਨਦੀਆਂ ਦੀ ਧਰਤੀ। ਠੀਕ ਹੈ ਜੀ, ਇਸ ਕਰਕੇ ਪੰਜ ਪਲੱਸ ਆਬ ਤੋਂ ਸ਼ਬਦ ਕੀ ਬਣ ਗਿਆ ਜੀ, ਪੰਜਾਬ। ਠੀਕ ਹੈ ਜੀ ਦੋਸਤੋ, ਦੱਸ ਦਈਏ ਤੁਹਾਨੂੰ, ਇਸ ਤੋਂ ਪਹਿਲਾਂ ਵੀ ਪੰਜਾਬ ਦੇ ਜਿਹੜੇ ਨਾਮ ਦੇ ਵਿੱਚ ਜਿਹੜੀ ਕਾਫੀ ਚੇਂਜਸ ਆਉਂਦੀਆਂ ਰਹੀਆਂ ਨੇ, ਠੀਕ ਹੈ ਜੀ, ਸ਼ੁਰੂ ਤੋਂ ਲੈ ਕੇ ਹੁਣ ਤੱਕ। ਠੀਕ ਹੈ ਜੀ, ਹਾਂਜੀ, ਉਹ ਸਾਰੇ ਕੁਐਸਚਨ ਆਪਾਂ ਇਸ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ, ਅਤੇ ਸਾਡੇ ਨਾਲ ਬਣੇ ਰਹਿਣਾ ਤੁਸੀਂ ਐਂਡ ਤੱਕ, ਕਿਉਂਕਿ ਇਹ ਵੀਡੀਓ ਜਿਹੜੀ ਹੈਗੀ ਹੈ ਕਾਫੀ ਇੰਪੋਰਟੈਂਟ ਹੋਣ ਜਾ ਰਹੀ ਤੁਹਾਡੇ ਲਈ। ਠੀਕ ਹੈ ਜੀ, ETT ਦੇ ਪੱਖੋਂ, ਅਤੇ ਹੋਰ ਕੰਪੀਟੀਟਿਵ ਐਗਜ਼ਾਮ ਦੇ ਵਿੱਚ ਵੀ ਕਾਫੀ ਕੁਐਸਚਨ ਇਸ ਵੀਡੀਓ ਦੇ ਵਿੱਚੋਂ ਪੁੱਛੇ ਜਾ ਚੁੱਕੇ ਹੈ। ਠੀਕ ਹੈ ਜੀ, ਨੈਕਸਟ ਕੁਐਸਚਨ ਹੈ ਜੀ, ਭਾਰਤ ਦੀ ਵੰਡ ਹੋਣ 'ਤੇ ਪੰਜਾਬ ਸ਼ਬਦ ਕਿਉਂ ਅਟਕਵਾਂ ਰਹਿ ਗਿਆ? ਦੋਸਤੋ, ਜੇਕਰ ਆਪਾਂ ਨੂੰ ਪਤਾ ਹੈ ਜੀ, ਪੰਜਾਬ ਜਿਹੜਾ ਸ਼ਬਦ ਸੀਗਾ ਪੰਜ ਨਦੀਆਂ ਦੀ ਧਰਤੀ ਸੀ, ਪਰ ਵੰਡ ਤੋਂ ਬਾਅਦ ਜਿਹੜਾ ਪੰਜਾਬ ਦੇ ਵਿੱਚ ਸਿਰਫ ਦੋ ਦਰਿਆ ਹੀ ਰਹਿ ਗਏ ਸੀ। ਕਿਹੜੇ ਕਿਹੜੇ ਜੀ? ਸਤਲੁਜ ਅਤੇ ਬਿਆਸ। ਹੁਣ ਪੰਜਾਬ ਰਹਿ ਗਿਆ ਜੀ ਦੋ ਨਦੀਆਂ ਦੀ ਧਰਤੀ, ਇਸ ਕਰਕੇ ਜਿਹੜਾ ਪੰਜਾਬ ਸ਼ਬਦ ਆ ਉਹ ਅਟੁਕਵਾਂ ਬਣ ਗਿਆ। ਠੀਕ ਹੈ ਜੀ, ਹਾਂਜੀ, ਨੈਕਸਟ ਹੈ ਜੀ, ਵੈਦਿਕ ਕਾਲ ਵਿੱਚ ਪੰਜਾਬ ਨੂੰ ਕੀ ਕਿਹਾ ਜਾਂਦਾ ਸੀ? ਹੁਣ ਵੈਦਿਕ ਕਾਲ ਦੇ ਵਿੱਚ ਪੰਜਾਬ ਨੂੰ ਸਪਤ ਸਿੰਧੂ ਕਿਹਾ ਜਾਂਦਾ ਸੀਗਾ। ਠੀਕ ਹੈ ਜੀ, ਸਪਤ ਸਿੰਧੂ, ਕਿਉਂਕਿ ਉਦੋਂ ਇਹ ਸੱਤ ਨਦੀਆਂ ਦੀ ਧਰਤੀ ਸੀਗੀ। ਠੀਕ ਹੈ ਜੀ, ਉਹ ਸੱਤ ਨਦੀਆਂ ਕਿਹੜੀਆਂ ਸੀ ਆਪਾਂ ਡਿਸਕਸ ਕਰਾਂਗੇ ਜੀ। ਚਲੋ ਦੱਸ ਦਿਨਾ, ਉਹ ਸੱਤ ਨਦੀਆਂ ਸੀ ਜੀ, ਇੱਕ ਸਿੰਧ ਨਦੀ, ਠੀਕ ਹੈ ਜੀ, ਜੇਹਲਮ, ਚਨਾਬ, ਰਾਵੀ, ਬਿਆਸ, ਸਤਲੁਜ ਅਤੇ ਸਰਸਵਤੀ, ਇਹ ਸੱਤ ਨਦੀਆਂ ਸੀਗੀਆਂ ਜੀ। ਅੱਗੇ ਵੀ ਆਪਾਂ ਸ਼ਾਇਦ ਡਿਸਕਸ ਕਰਾਂਗੇ ਜੀ ਇਸ ਲੈਕਚਰ ਦੇ ਵਿੱਚ ਸਭ ਕੁਝ। ਠੀਕ ਹੈ ਜੀ, ਹੋਰ ਵੀ ਜਿਹੜੇ ਨਾਮ ਨੇ ਪੰਜਾਬ ਦੇ। ਠੀਕ ਹੈ ਜੀ, ਨੈਕਸਟ, ਭੂਗੋਲਿਕ ਦ੍ਰਿਸ਼ਟੀ ਤੋਂ ਪੰਜਾਬ ਨੂੰ ਕਿੰਨੇ ਭਾਗਾਂ ਵਿੱਚ ਵੰਡਿਆ ਗਿਆ ਹੈ? ਕਿੰਨੇ ਭਾਗਾਂ 'ਚ ਵੰਡਿਆ ਗਿਆ ਜੀ? ਪੰਜਾਬ ਨੂੰ ਤਿੰਨ ਭਾਗਾਂ ਦੇ ਵਿੱਚ ਵੰਡਿਆ ਗਿਆ ਹੈ ਭੂਗੋਲਿਕ ਦ੍ਰਿਸ਼ਟੀ ਤੋਂ ਪੰਜਾਬ ਨੂੰ। ਠੀਕ ਹੈ ਜੀ, ਹਾਂਜੀ, ਨੈਕਸਟ ਕੁਐਸਚਨ ਆਪਾਂ ਕਰਦੇ ਹਾਂ ਜੀ। ਕਹਿੰਦੇ ਹਿਮਾਲਿਆ ਦੀਆਂ ਪੱਛਮੀ ਪਹਾੜੀ ਲੜੀਆਂ ਵਿੱਚ ਕਿਹੜੇ ਦਰੇ ਸਥਿਤ ਹਨ? ਜਿਹੜੇ ਹਿਮਾਲਿਆ ਦੇ ਪੱਛਮੀ ਪਹਾੜੀਆਂ ਨੇ, ਉਸ ਦੇ ਵਿੱਚ ਦਰੇ ਨੇ ਜੀ ਖੈਬਰ, ਕੁਰਮ, ਟੋਚੀ ਅਤੇ ਬੋਲਾਨ। ਇਹ ਜਿਹੜੇ ਦਰੇ ਨੇ ਇਹਨਾਂ ਪਹਾੜੀਆਂ ਦੇ ਵਿੱਚ ਸਥਿਤ ਨੇ। ਠੀਕ ਹੈ ਜੀ, ਅਤੇ ਇਹਨਾਂ ਦਰਿਆਂ ਦੇ ਵਿੱਚੋਂ ਹੀ ਜਿਹੜੇ ਵਿਦੇਸ਼ੀ ਹਮਲਾਵਾਰ ਸੀਗੇ ਉਹ ਲੰਘ ਕੇ ਆਉਂਦੇ ਰਹੇ ਨੇ ਭਾਰਤ ਦੇ ਉੱਤੇ ਹਮਲਾ ਕਰਨ ਦੇ ਲਈ। ਠੀਕ ਹੈ ਜੀ, ਚਲੋ ਨੈਕਸਟ ਕੁਐਸਚਨ ਕਰਦੇ ਹਾਂ ਦੋਸਤੋ। ਨੈਕਸਟ ਹੈ ਜੀ, ਦੋ ਦਰਿਆਵਾਂ ਦੇ ਵਿਚਕਾਰਲੇ ਭਾਗ ਨੂੰ ਕੀ ਕਿਹਾ ਜਾਂਦਾ ਹੈ? ਉਹ ਕਿਹਾ ਜਾਂਦਾ ਜੀ ਦੁਆਬ। ਦੋ ਦਰਿਆਵਾਂ ਦੇ ਵਿਚਕਾਰਲੇ ਭਾਗ ਨੂੰ ਕੀ ਕਿਹਾ ਜਾਂਦਾ ਜੀ? ਦੁਆਬ ਕਿਹਾ ਜਾਂਦਾ। ਠੀਕ ਹੈ ਜੀ, ਨੈਕਸਟ ਹੈ, ਦਰਿਆ ਸਤਲੁਜ ਅਤੇ ਘੱਗਰ ਵਿਚਕਾਰਲੇ ਇਲਾਕੇ ਨੂੰ ਕੀ ਕਿਹਾ ਜਾਂਦਾ ਹੈ ਜੀ? ਸਤਲੁਜ ਅਤੇ ਘੱਗਰ ਵਿਚਕਾਰਲੇ ਇਲਾਕੇ ਨੂੰ ਮਾਲਵਾ ਕਿਹਾ ਜਾਂਦਾ। ਠੀਕ ਹੈ ਜੀ, ਅਤੇ ਇਸ ਇਲਾਕੇ ਦੇ ਵਿੱਚ ਜਿਹੜੇ ਲੋਕ ਵੱਸਦੇ ਨੇ ਉਹਨਾਂ ਨੂੰ ਕੀ ਕਿਹਾ ਜਾਂਦਾ ਜੀ? ਮਲਵਈ ਕਿਹਾ ਜਾਂਦਾ, ਇੱਥੋਂ ਦੇ ਲੋਕਾਂ ਨੂੰ ਮਲਵਈ ਕਿਹਾ ਜਾਂਦਾ। ਨੈਕਸਟ ਜੀ, ਦਰਿਆ ਸਤਲੁਜ ਅਤੇ ਬਿਆਸ ਦੇ ਵਿਚਕਾਰਲੇ ਇਲਾਕੇ ਨੂੰ ਕੀ ਕਿਹਾ ਜਾਂਦਾ ਜੀ? ਉਸ ਨੂੰ ਕਿਹਾ ਜਾਂਦਾ ਜੀ ਬਿਸਤ ਦੁਆਬ ਕਿਹਾ ਜਾਂਦਾ ਹੈ। ਠੀਕ ਹੈ ਜੀ, ਬਿਸਤ ਦੁਆਬ। ਨੈਕਸਟ ਕੁਐਸਚਨ ਹੈ ਜੀ, ਦਰਿਆ ਰਾਵੀ ਅਤੇ ਬਿਆਸ ਵਿਚਕਾਰਲੇ ਇਲਾਕੇ ਨੂੰ ਕੀ ਕਿਹਾ ਜਾਂਦਾ ਜੀ? ਰਾਵੀ ਅਤੇ ਬਿਆਸ ਇਹ ਵਿਚਕਾਰਲੇ ਇਲਾਕੇ ਨੂੰ ਕਿਹਾ ਜਾਂਦਾ ਜੀ ਬਾਰੀ ਦੁਆਬ। ਠੀਕ ਹੈ ਜੀ, ਬਾਰੀ ਦੁਆਬ, ਬਾਰੀ ਦੁਆਬ ਨੂੰ ਮਾਝਾ ਵੀ ਕਿਹਾ ਜਾਂਦਾ। ਠੀਕ ਹੈ ਜੀ, ਮਾਝਾ, ਅਤੇ ਜਿਹੜੇ ਇੱਥੋਂ ਦੇ ਲੋਕਾਂ ਨੂੰ ਨੇ ਉਹ ਕਿਹਾ ਜਾਂਦਾ ਜੀ ਮਜੈਲ ਕਿਹਾ ਜਾਂਦਾ। ਮਾਝਾ ਕਿਉਂ ਕਿਹਾ ਜਾਂਦਾ ਹੈ ਜੀ? ਕਿਉਂਕਿ ਇਹ ਜਿਹੜਾ ਪੰਜਾਬ ਦੇ ਮੱਧ ਵਿੱਚ ਸਥਿਤ ਹੈ ਜੀ, ਇਸ ਕਰਕੇ ਇਸ ਨੂੰ ਮਾਝਾ ਕਿਹਾ ਜਾਂਦਾ ਹੈ, ਅਤੇ ਇੱਥੋਂ ਦੇ ਲੋਕਾਂ ਨੂੰ ਕੀ ਕਿਹਾ ਜਾਂਦਾ ਜੀ? ਮਜੈਲ ਕਿਹਾ ਜਾਂਦਾ ਹੈ, ਮਜੈਲ। ਠੀਕ ਹੈ ਜੀ, ਨੈਕਸਟ ਹੈ ਜੀ, ਉਹ ਸੱਤ ਨਦੀਆਂ ਕਿਹੜੀਆਂ ਸੀਗੀਆਂ ਜਿਹੜੀਆਂ ਪੰਜਾਬ ਦੇ ਵਿੱਚ ਪੁਰਾਤਨ ਸਮੇਂ ਵਿੱਚ ਵਹਿੰਦੀਆਂ ਸੀ? ਉਹ ਸੀ ਜੀ ਸਿੰਧ, ਜੇਹਲਮ, ਰਾਵੀ, ਚਨਾਬ, ਬਿਆਸ, ਸਤਲੁਜ ਅਤੇ ਸਰਸਵਤੀ। ਇਹ ਸੱਤ ਨਦੀਆਂ ਮੈਂ ਪਹਿਲਾਂ ਹੀ ਦੱਸ ਚੁੱਕਿਆ ਜੀ,
ਜਿਸ ਕਰਕੇ ਜਿਹੜਾ ਪੰਜਾਬ ਦਾ ਨਾਂ ਸੀਗਾ ਸਪਤ ਸਿੰਧੂ ਪਿਆ ਸੀ। ਠੀਕ ਹੈ ਜੀ। ਨੈਕਸਟ ਕੁਸ਼ਚਨ ਹੈ ਜੀ, ਚਿਨਾਬ ਅਤੇ ਜੇਹਲਮ ਵਿਚਕਾਰਲਾ ਇਲਾਕਾ ਉਸਨੂੰ ਕੀ ਕਿਹਾ ਜਾਂਦਾ ਜੀ? ਚੱਜ ਦੁਆਬ ਕਿਹਾ ਜਾਂਦਾ ਹੈ। ਉਸਨੂੰ ਚੱਜ ਦੁਆਬ ਕਿਹਾ ਜਾਂਦਾ। ਦੋਸਤੋ ਇੱਕ ਗੱਲ ਹੋਰ ਦੱਸ ਦੇ ਤੁਹਾਨੂੰ, ਇਹ ਜਿਹੜੇ ਦੁਆਬ ਦੇ ਨਾਮ ਹੈਗੇ ਨੇ ਜੀ, ਇਹ ਦਰਿਆਵਾਂ ਦੇ ਪਹਿਲੇ ਪਹਿਲੇ ਅਕਸ਼ਰਾਂ ਨੂੰ ਮਿਲਾ ਕੇ ਬਣੇ ਨੇ ਜੀ। ਠੀਕ ਹੈ। ਜਿਵੇਂ ਚਿਨਾਬ ਅਤੇ ਜੇਹਲਮ, ਚਿਨਾਬ ਦਾ ਚੱਚਾ ਅਤੇ ਜੇਹਲਮ ਦਾ ਜੱਜਾ ਕੀ ਬਣ ਗਿਆ ਜੀ? ਚੱਜ ਦੁਆਬ। ਠੀਕ ਹੈ ਜੀ। ਉਸ ਤੋਂ ਪਹਿਲਾਂ ਵੀ ਆਪਾਂ ਡਿਸਕਸ ਕੀਤੀ ਸੀ ਰਾਵੀ ਅਤੇ ਬਿਆਸ, ਬਿਆਸ ਦਾ ਬੱਬਾ ਅਤੇ ਰਾਵੀ ਦਾ ਰਾਰਾ ਕੀ ਬਣ ਗਿਆ ਜੀ? ਬਾਰੀ। ਠੀਕ ਹੈ ਜੀ। ਬਿਸਤ ਸੀਗਾ, ਬਿਸਤ ਬੱਬਾ ਬਿਆਸ ਦਾ ਜੀ, ਸੱਸਾ ਤੱਤਾ ਸਤਲੁਜ ਦਾ ਜੀ, ਬਿਸਤ। ਠੀਕ ਹੈ ਜੀ। ਹਾਂਜੀ। ਇਸ ਤਰ੍ਹਾਂ ਨੈਕਸਟ ਕੁਸ਼ਚਨ ਹੈ ਜੀ ਆਪਣੇ ਕੋਲ, ਦਰਿਆ ਚਿਨਾਬ ਅਤੇ ਰਾਵੀ ਵਿਚਕਾਰ ਇਲਾਕੇ ਨੂੰ ਕੀ ਕਿਹਾ ਜਾਂਦਾ ਜੀ? ਰਚਨਾ ਦੁਆਬ। ਰਾਰਾ ਜਿਹੜਾ ਹੈਗਾ ਜੀ ਉਹ ਰਾਵੀ ਦਾ ਜੀ, ਅਤੇ ਚੱਚਾ ਨੰਨਾ ਜਿਹੜਾ ਹੈਗਾ ਜੀ ਉਹ ਚਿਨਾਬ ਦਰਿਆ ਦਾ ਜੀ, ਰਚਨਾ ਦੁਆਬ ਬਣ ਗਿਆ। ਠੀਕ ਹੈ ਜੀ। ਪਹਿਲੇ ਅਕਸ਼ਰ ਜਿਹੜੇ ਨੇ ਇੱਕ ਜਾਂ ਦੋ, ਉਹਨਾਂ ਤੋਂ ਮਿਲਾ ਕੇ ਜਿਹੜੇ ਦੁਆਬ ਦਾ ਨਾਮ ਬਣਦਾ। ਠੀਕ ਹੈ ਜੀ। ਹਾਂਜੀ। ਨੈਕਸਟ ਕੁਸ਼ਚਨ ਹੈ ਜੀ, ਕਹਿੰਦੇ ਜੀ ਦਰਿਆ ਸਿੰਧ ਅਤੇ ਜੇਹਲਮ ਵਿਚਕਾਰਲੇ ਇਲਾਕੇ ਨੂੰ ਕੀ ਕਿਹਾ ਜਾਂਦਾ ਜੀ? ਉਹਨੂੰ ਕਿਹਾ ਜਾਂਦਾ ਜੀ ਸਿੰਧ ਸਾਗਰ ਦੁਆਬ। ਠੀਕ ਹੈ, ਸਿੰਧ ਸਾਗਰ ਦੁਆਬ। ਨੈਕਸਟ ਹੈ ਜੀ, ਕਹਿੰਦੇ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਨੂੰ ਕਿਸ ਨਾਮ ਨਾਲ ਜਾਣਿਆ ਜਾਂਦਾ ਸੀ? ਉਸਨੂੰ ਕਹਿੰਦਾ ਸੀ ਲਾਹੌਰ ਰਾਜ ਜਾਂ ਲਾਹੌਰ ਸੂਬਾ। ਠੀਕ ਹੈ ਜੀ। ਅਤੇ ਇਸ ਦੀ ਜਿਹੜੀ ਹੱਦ ਸੀਗੀ ਸਤਲੁਜ ਨਦੀ ਤੋਂ ਲੈ ਕੇ ਪਿਸ਼ਾਵਰ ਤੱਕ ਸੀ ਜੀ। ਠੀਕ ਹੈ। ਸਤਲੁਜ ਨਦੀ ਤੋਂ ਲੈ ਕੇ ਪਿਸ਼ਾਵਰ ਤੱਕ ਜਿਹੜੀ ਹੱਦ ਹੈਗੀ ਸੀ ਮਹਾਰਾਜਾ ਰਣਜੀਤ ਦੇ ਸਮੇਂ ਦੇ ਪੰਜਾਬ ਦੀ। ਠੀਕ ਹੈ ਜੀ। ਨੈਕਸਟ ਕੁਸ਼ਚਨ ਹੈ ਜੀ, ਕਿਸ ਮੁਗਲ ਸ਼ਾਸਕ ਨੇ ਪੰਜਾਬ ਨੂੰ ਦੋ ਪ੍ਰਾਂਤਾਂ ਵਿੱਚ ਵੰਡਿਆ ਸੀ? ਉਹ ਵੰਡਿਆ ਸੀ ਜੀ ਅਕਬਰ ਨੇ, ਮੁਗਲ ਬਾਦਸ਼ਾਹ ਅਕਬਰ ਨੇ ਲਾਹੌਰ ਅਤੇ ਮੁਲਤਾਨ ਦੋ ਪ੍ਰਾਂਤਾਂ ਦੇ ਵਿੱਚ ਵੰਡ ਦਿੱਤਾ ਸੀ ਪੰਜਾਬ ਨੂੰ। ਠੀਕ ਹੈ ਜੀ। ਨੈਕਸਟ ਕੁਸ਼ਚਨ ਹੈ ਜੀ, ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਕਦੋਂ ਮਿਲਾਇਆ ਗਿਆ? ਇਹ ਮਿਲਾਇਆ ਗਿਆ ਸੀ 1849 ਈਸਵੀ ਵਿੱਚ। 1849 ਈਸਵੀ ਵਿੱਚ ਪੰਜਾਬ ਨੂੰ ਅੰਗਰੇਜ਼ੀ ਰਾਜ ਵਿੱਚ ਮਿਲਾਇਆ ਗਿਆ ਸੀ। ਨੈਕਸਟ ਕੁਸ਼ਚਨ ਹੈ ਜੀ, ਪੰਜਾਬ ਨੂੰ ਭਾਸ਼ਾ ਦੇ ਆਧਾਰ 'ਤੇ ਕਦੋਂ ਵੰਡਿਆ ਗਿਆ? ਪੰਜਾਬ ਨੂੰ ਭਾਸ਼ਾ ਦੇ ਆਧਾਰ 'ਤੇ ਵੰਡਿਆ ਗਿਆ ਸੀ 1966 ਈਸਵੀ ਦੇ ਵਿੱਚ। ਠੀਕ ਹੈ ਜੀ। ਕਿਉਂਕਿ 1966 ਈਸਵੀ ਦੇ ਵਿੱਚ ਜਿਹੜਾ ਹੈਗਾ ਸੀ ਪੰਜਾਬ ਵਿੱਚ ਹਿਮਾਚਲ ਪ੍ਰਦੇਸ਼ ਅਤੇ ਹਰਿਆਣਾ ਦੋ ਹੋਰ ਪ੍ਰਾਂਤ ਬਣਾ ਦਿੱਤੇ ਗਏ ਸੀ। ਠੀਕ ਹੈ। ਨੈਕਸਟ ਕੁਸ਼ਚਨ ਹੈ ਜੀ, ਭਾਰਤੀ ਪੰਜਾਬ ਵਿੱਚ ਹੁਣ ਕਿਹੜੇ ਦੋ ਦਰਿਆ ਰਹਿ ਗਏ ਹਨ? ਉਹ ਮੈਂ ਆਲਰੇਡੀ ਦੱਸ ਚੁੱਕਿਆ ਜੀ, ਸਤਲੁਜ ਅਤੇ ਬਿਆਸ। ਨੈਕਸਟ ਕੁਸ਼ਚਨ ਹੈ ਜੀ, ਰਮਾਇਣ ਅਤੇ ਮਹਾਂਭਾਰਤ ਕਾਲ ਵਿੱਚ ਪੰਜਾਬ ਨੂੰ ਕੀ ਨਾਮ ਦਿੱਤਾ ਗਿਆ ਜੀ? ਉਹ ਦਿੱਤਾ ਗਿਆ ਸੀ ਜੀ ਸੇਕੀਆ। ਰਮਾਇਣ ਅਤੇ ਮਹਾਂਭਾਰਤ ਕਾਲ ਵਿੱਚ ਪੰਜਾਬ ਨੂੰ ਸੇਕੀਆ ਨਾਮ ਦਿੱਤਾ ਗਿਆ ਸੀ। ਠੀਕ ਹੈ ਜੀ। ਨੈਕਸਟ ਕੁਸ਼ਚਨ ਹੈ ਜੀ, ਦਿੱਲੀ ਨੂੰ ਭਾਰਤ ਦੀ ਰਾਜਧਾਨੀ ਕਿਸ ਗਵਰਨਰ ਨੇ ਬਣਾਇਆ ਸੀ? ਉਹ ਬਣਾਇਆ ਸੀ ਲਾਰਡ ਹਾਰਡਿੰਗ ਨੇ। ਲਾਰਡ ਹਾਰਡਿੰਗ ਨੇ ਬਣਾਇਆ ਸੀ ਦਿੱਲੀ ਨੂੰ ਭਾਰਤ ਦੀ ਰਾਜਧਾਨੀ। ਨੈਕਸਟ ਕੁਸ਼ਚਨ ਹੈ ਜੀ, ਦਿੱਲੀ ਨੂੰ ਭਾਰਤ ਦੀ ਰਾਜਧਾਨੀ ਕਦੋਂ ਬਣਾਇਆ ਗਿਆ ਜਾਂ ਕਦੋਂ ਬਣੀ ਸੀਗੀ? ਠੀਕ ਹੈ ਜੀ। ਉਹ ਬਣੀ ਸੀ ਜੀ 1911 ਈਸਵੀ ਦੇ ਵਿੱਚ, ਅਤੇ 1912 ਦੇ ਵਿੱਚ ਜਿਹੜੀ ਹੈਗੀ ਕਾਗਜ਼ੀ ਕਾਰਵਾਈ ਸਾਰੀ ਸ਼ੁਰੂ ਹੋ ਗਈ ਸੀ। ਠੀਕ ਹੈ ਜੀ। ਹਾਂਜੀ। ਨੈਕਸਟ ਸੀਗਾ ਜੀ, ਸਿਕੰਦਰ ਨੇ ਭਾਰਤ 'ਤੇ ਕਦੋਂ ਹਮਲਾ ਕੀਤਾ? ਇਹ ਕੀਤਾ ਸੀ 326 ਈਸਵੀ ਪੂਰਵ, ਯਾਨੀ ਕਿ 326 ਈਸਵੀ ਪੂਰਵ, ਯਾਨੀ ਕਿ ਜਿਸ ਤਰ੍ਹਾਂ ਹੁਣ 2020 ਚੱਲ ਰਿਹਾ ਨਾ, 2020 ਸਾਲ ਪਹਿਲਾਂ ਜਿਹੜਾ ਸੀ ਜ਼ੀਰੋ ਮਨਾਇਆ ਜਾਂਦਾ ਸੀ, ਤਾਂ ਉਸ ਤੋਂ 326 ਸਾਲ ਪਿੱਛੇ ਈਸਵੀ ਪੂਰਵ, ਯਾਨੀ ਕਿ ਜ਼ੀਰੋ ਨੂੰ ਈਸਵੀ ਈਸਾ ਮਸੀਹ ਤੋਂ ਵੀ 326 ਸਾਲ ਪਹਿਲਾਂ। ਠੀਕ ਹੈ ਜੀ। ਨੈਕਸਟ ਹੈ ਜੀ, ਸ਼ਾਹਜਮਾਨ ਨੇ ਪੰਜਾਬ 'ਤੇ ਹਮਲਾ ਕਦੋਂ ਕੀਤਾ? ਉਹ ਕੀਤਾ ਜੀ 1798 ਈਸਵੀ ਦੇ ਵਿੱਚ। ਠੀਕ ਹੈ ਜੀ। ਨੈਕਸਟ ਕੁਸ਼ਚਨ ਹੈ ਜੀ, ਅੰਗਰੇਜ਼ਾਂ ਅਤੇ ਮਹਾਰਾਜਾ ਰਣਜੀਤ ਸਿੰਘ ਵਿਚਾਲੇ ਕਿਹੜਾ ਦਰਿਆ ਸੀਮਾ ਦਾ ਕੰਮ ਕਰਦਾ ਸੀ? ਉਹ ਸੀ ਜੀ ਸਤਲੁਜ ਦਰਿਆ। ਸਤਲੁਜ ਦਰਿਆ ਸੀਗਾ ਜਿਹੜਾ ਉਹ ਸੀਮਾ ਦਾ ਕੰਮ ਕਰਦਾ ਸੀ। ਅੱਜ ਕਿਹੜੇ ਦਰਿਆ ਦਾ ਕੁਝ ਹਿੱਸਾ ਹਿੰਦ ਪਾਕ ਸੀਮਾ ਦਾ ਕੰਮ ਕਰ ਰਿਹਾ ਹੈ ਜੀ? ਉਹ ਹੈ ਜੀ ਰਾਵੀ। ਰਾਵੀ ਦਰਿਆ ਦਾ ਜਿਹੜਾ ਕੁਝ ਹਿੱਸਾ ਹੈਗਾ ਉਹ ਹਿੰਦ ਪਾਕ ਜਿਹੜੀ ਸੀਮਾ ਹੈ ਉਸਦਾ ਕੰਮ ਕਰ ਰਿਹਾ, ਯਾਨੀ ਕਿ ਉਹ ਬਾਉਂਡਰੀ ਦੇ ਉੱਪਰ ਹੈਗਾ ਜੀ। ਠੀਕ ਹੈ ਜੀ। ਨੈਕਸਟ ਹੈ ਜੀ, ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਪੰਜਾਬ ਦੀ ਰਾਜਧਾਨੀ ਕਿਹੜੀ ਸੀ? ਉਹ ਸੀ ਜੀ ਲਾਹੌਰ। ਮਹਾਰਾਜਾ ਰਣਜੀਤ ਸਿੰਘ ਨੇ ਲਾਹੌਰ ਨੂੰ ਪੰਜਾਬ ਦੀ ਰਾਜਧਾਨੀ ਬਣਾਇਆ ਸੀ ਆਪਣੇ ਰਾਜ ਦੇ ਵਿੱਚ। ਨੈਕਸਟ ਕੁਸ਼ਚਨ ਹੈ ਜੀ, ਪਾਕਿਸਤਾਨੀ ਪੰਜਾਬ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਹੈ? ਉਸਨੂੰ ਕਿਹਾ ਜਾਂਦਾ ਜੀ ਪੱਛਮੀ ਪੰਜਾਬ। ਠੀਕ ਹੈ ਜੀ। ਜਾਂ ਲਹਿੰਦਾ ਪੰਜਾਬ ਵੀ ਕਿਹਾ ਜਾਂਦਾ। ਨੈਕਸਟ, ਭਾਰਤੀ ਪੰਜਾਬ ਨੂੰ ਕਿਹੜੇ ਨਾਮ ਨਾਲ ਜਾਣਿਆ ਜਾਂਦਾ ਜੀ? ਇਸ ਨੂੰ ਕਿਹਾ ਜਾਂਦਾ ਜੀ ਪੂਰਬੀ ਪੰਜਾਬ ਜਾਂ ਚੜ੍ਹਦਾ ਪੰਜਾਬ। ਠੀਕ ਹੈ ਜੀ। ਨੈਕਸਟ ਜੀ, ਦੋ ਦਰਿਆਵਾਂ ਦੇ ਵਿਚਕਾਰਲੇ ਭਾਗ ਨੂੰ ਦੁਆਬ ਸ਼ਬਦ ਦਾ ਪ੍ਰਚਲਨ ਕਿਹੜੇ ਮੁਗਲ ਸ਼ਾਸਕ ਦੇ ਸਮੇਂ ਹੋਇਆ? ਉਹ ਹੋਇਆ ਸੀ ਜੀ ਅਕਬਰ ਦੇ ਸਮੇਂ। ਠੀਕ ਹੈ ਜੀ। ਨੈਕਸਟ ਅਤੇ ਲਾਸਟ ਕੁਸ਼ਚਨ ਹੈ ਜੀ ਇਸ ਵੀਡੀਓ ਦਾ,
जी पंजाब के नगर जिथे निर्णायक इतिहासिक युद्ध होए सी ओ सीगे जी तराइन पानीपत पेशावर ते थानेसार इन्हां थावां ते निर्णायक इतिहासिक युद्ध होए सीगे जी। ठीक है जी, तो ये अपने दोस्तों आलमोस्ट 30 MCQ या वन लाइनर क्वेश्चन सीगे जिहड़े कि ETT दे पक्षों काफ़ी ही ज़्यादा इंपोर्टेंट ने। ठीक है जी, तो जेकर दोस्तों ये वीडियो तुहानूं अच्छी लगी पसंद आई हो तो प्लीज़ इसनूं लाइक एंड शेयर जरूर कर दिओ। जिहड़े मेरे दोस्त पहली बार इस चैनल ते विजिट कर रहे हैं वो प्लीज़ इस चैनल नूं सबसक्राइब कर देन ते बैल आइकन ते प्रेस कर देन ताकि नैक्सट वीडियोज़ की नोटिफिकेशन तुहानूं टाइम टू टाइम मिलते रहन। थैंक यू दोस्तों, धन्यवाद।